ਚੰਡੀਗੜ੍ਹ ਦੇ ਵਿੱਚ ਹੁਣ ਨਗਰ ਨਿਗਮ ਵੱਲੋਂ ਸ਼ੁਰੂਆਤ ਕੀਤੀ ਗਈ ਹੈ, ਜਿੰਨੇ ਵੀ ਪਾਰਕਿੰਗ ਜਿਹੜੇ ਪੇਡ ਪਾਰਕਿੰਗ ਦੇ ਜਿਹੜੇ ਸਟੇਸ਼ਨਸ ਨੇ ਉਹਨਾਂ ਦੇ ਵਿੱਚ ਹੁਣ ਤੁਹਾਨੂੰ ਜਿਹੜੇ ਵੀ ਇੱਥੇ ਮੌਜੂਦ ਹੋਣਗੇ ਇੰਪਲੋਇਜ਼ ਉਹ ਡਰੈਸ 'ਚ ਮਿਲਣਗੇ, ਪਹਿਲੀ ਗੱਲ। ਦੂਜਾ, ਸ਼ਹਿਰ ਦੇ ਵਿੱਚ ਚੱਲ ਰਹੀ ਕਰੀਬ 80 ਪੇਡ ਪਾਰਕਿੰਗ ਹੁਣ QR ਕੋਡ ਜਿਹੜਾ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੇਗਾ। ਤਸਵੀਰਾਂ ਸੈਕਟਰ 22 ਦੀ ਨੇ, ਜਿੱਥੇ ਹੁਣ ਕੋਈ ਵੀ ਜੇਕਰ ਆਪਣੀ ਗੱਡੀ ਲੈ ਕੇ ਆਉਂਦਾ ਹੈ, ਪਾਰਕ ਕਰਦਾ ਹੈ, ਤਾਂ ਉਹਨੂੰ ਸਕੈਨ ਕੋਡ ਰਾਹੀਂ ਪੇ ਕਰਨਾ ਹੋਵੇਗਾ। ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀ ਟ੍ਰਾਂਸਪੇਰੈਂਸੀ ਹੈ ਉਹ ਵੀ ਜ਼ਰੂਰ ਹੈ, ਔਰ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ, ਕਈ ਵਾਰੀ ਪੈਸੇ ਖੁੱਲ੍ਹੇ ਨਹੀਂ ਹੁੰਦੇ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਹੁੰਦੀ ਹੈ। ਇਸ ਕਰਕੇ ਸਾਰਾ ਜਿਹੜਾ ਇਹ ਸਕੈਨ ਕੋਡ ਰੱਖਿਆ ਹੋਇਆ, ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਬਦਲਾਵ, ਕਿਉਂਕਿ ਹੋਰ ਵਧੀਆ ਪਾਰਕਿੰਗ ਸੁਵਿਧਾ ਲੋਕਾਂ ਨੂੰ ਮਿਲੇ, ਇਸ ਕਰਕੇ ਕਾਫੀ ਬਦਲਾਵ ਕੀਤੇ ਗਏ ਨੇ, ਔਰ ਇੱਕ ਬੈਂਕ ਤੋਂ, ਪ੍ਰਾਈਵੇਟ ਬੈਂਕ ਤੋਂ ਇਹਦੇ ਨਾਲ ਸਮਝੌਤਾ ਕੀਤਾ ਗਿਆ। ਹੁਣ ਤੁਹਾਨੂੰ ਦੱਸ ਦਈਏ ਫਿਲਹਾਲ 71 ਪੇਡ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ QR ਕੋਡ ਸਕੈਨਰ ਦੇ ਮਾਧਿਅਮ ਨਾਲ ਪਾਰਕਿੰਗ ਜਿਹੜਾ ਉਹ ਕੀਤਾ ਜਾਏਗਾ। ਇਹਦੇ ਵਿੱਚ ਚੰਡੀਗੜ੍ਹ ਦੇ ਸੈਕਟਰ 5, ਸੈਕਟਰ 7, 8, 9, 17, 20, 22, 26, 34, 35, 43, ਮਨੀ ਮਾਜਰਾ, ਚੰਡੀਗੜ੍ਹ ਦੇ ਮਲਟੀਪਲੈਕਸ ਜਿਹੜੀ ਹੈਗੀ ਹੈ ਉੱਥੋਂ ਦੀ ਸ਼ੁਰੂਆਤ ਕੀਤੀ ਗਈ ਹੈ। ਹਾਲਾਂਕਿ ਫਿਲਹਾਲ ਕੋਈ ਬੜੋਤਰੀ ਨਹੀਂ ਕੀਤੀ ਗਈ ਹੈ, ਜਿਹੜੇ ਪਾਸ ਆਉਨਰਸ ਨੇ ਪਾਸ ਜਿਹੜਾ ਬਣਾਉਣਾ ਚਾਹੁੰਦੇ ਹੈ ਉਹਨਾਂ ਵਾਸਤੇ ਪੂਰਾ ਇੱਥੇ ਪ੍ਰਬੰਧ ਕੀਤਾ ਗਿਆ। 2-wheeler ਵਾਸਤੇ ਇੱਥੇ ਰੇਟ ਵੀ ਦਿੱਤੇ ਗਏ ਨੇ, 2-wheeler ਵਾਸਤੇ ਇੱਥੇ 7 ਰੁਪਏ ਮਿਊਂਸੀਪਲ ਕਾਰਪੋਰੇਸ਼ਨ, ਕਿਉਂਕਿ ਮਿਊਂਸੀਪਲ ਕਾਰਪੋਰੇਸ਼ਨ ਹੁਣ ਪਿਛਲੇ ਟਾਈਮ ਜਿਹੜਾ ਘੁਟਾਲਾ ਹੋਇਆ ਸੀਗਾ ਠੇਕੇਦਾਰ ਦੇ ਥਰੂ, ਇਸ ਕਰਕੇ ਹੁਣ ਮਿਊਂਸੀਪਲ ਕਾਰਪੋਰੇਸ਼ਨ ਦੇ ਹੁਣ ਇਹ ਉਹਨਾਂ ਵੱਲੋਂ ਸਾਰੀ ਚਲਾਈ ਜਾ ਰਹੀ ਹੈ। 4-wheeler ਵਾਸਤੇ 14, ਨਾਨ ਕਮਰਸ਼ਲ ਉਹ ਜਿਹੜੀ ਮਿੰਨੀ ਬੱਸ ਸਰਵਿਸ, ਜੀਪ, ਕੈਬ, ਟੈਕਸੀ ਉਹਨਾਂ ਵਾਸਤੇ 28, ਅਤੇ ਟੂਰਿਸਟ ਬੱਸ ਜਿਹੜੀ ਹੁੰਦੀ ਹੈ ਉਹਨਾਂ ਵਾਸਤੇ 70 ਰੁਪਏ ਮੰਥਲੀ ਪਾਸ ਦੀ ਵੀ ਜਿਹੜੀ ਹੈ ਇੱਥੇ ਦਿੱਤੀ ਗਈ ਹੈ। ਔਰ ਸਕੈਨਰ ਦੇ ਨਾਲ ਨਾਲ ਜਨਾ ਸਮਾਲ ਫਾਈਨੈਂਸ ਬੈਂਕ ਦੇ ਸਮਝੌਤੇ ਦੇ ਨਾਲ ਇਹ ਸਾਰਾ ਇਹ ਮੰਥਲੀ ਪਾਸਿਸ ਦੀ ਵੀ ਗੱਲ ਆਪਾਂ ਕਰ ਲਈਏ, ਮੰਥਲੀ ਪਾਸਿਸ 210 ਅਤੇ ਜਿਹੜੀ ਵੀ ਕਮਰਸ਼ਲ, ਨਾਨ ਕਮਰਸ਼ਲ ਅਲੱਗ ਅਲੱਗ ਤੋਂ ਸਾਰੀ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਕੀਤੀ ਗਈ ਹੈ। ਔਰ ਬੜਾ ਟ੍ਰਾਂਸਪੇਰੈਂਸੀ ਹੋਵੇ, ਸਕੈਨ ਕੋਡ ਕਿਹਨੇ ਕਰਵਾਉਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰਾਂਸਪੇਰੈਂਸੀ ਵੀ ਹੁੰਦੀ ਹੈ ਇਹਦੇ ਵਿੱਚ, ਟ੍ਰਾਂਸਪੇਰੈਂਸੀ ਵੀ ਹੈ। ਔਰ ਦੂਜੇ ਪਾਸੇ ਇੱਕ ਜਿਹੜਾ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ, ਇਸ ਕਰਕੇ ਵੀ ਜਿਹੜਾ ਸਕੈਨ ਕੋਡ ਹੈ ਜਾਂ ਫਿਰ ਹੋਰ ਚੀਜ਼ਾਂ ਉਹਦਾ ਧਿਆਨ ਰੱਖਿਆ ਗਿਆ। ਔਰ ਨਗਰ ਨਿਗਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਤੋਂ ਸ਼ੁਰੂਆਤ ਕੀਤੀ ਗਈ ਹੈ, ਔਰ ਕਈ ਪੇਡ ਪਾਰਕਿੰਗ ਜਿਹੜੀ ਹੈ ਉਹਦੇ ਵਿੱਚ ਹੁਣ ਖੁਦ ਨਗਰ ਨਿਗਮ ਆਪਣੇ ਇੰਪਲੋਇਜ਼ ਕਰਨ ਤੋਂ ਬਾਅਦ ਇਹਦੇ ਵਿੱਚ ਕੀਤੀ ਗਈ ਹੈ। ਆਨਲਾਈਨ ਵੀ ਕਰਾ ਸਕਦੇ ਹਾਂ, ਕਿਉਂਕਿ ਜਿੱਦਾਂ QR ਕੋਡ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਹੁਣ ਆਨਲਾਈਨ ਜਿਹੜੀ ਹੈ ਉਹ ਲੋਕਾਂ ਨੂੰ ਕਾਫੀ ਸੁਵਿਧਾ ਜਿਹੜੀ ਹੈ ਇਹਦੇ ਵਿੱਚ ਨਗਰ ਨਿਗਮ ਵੱਲੋਂ ਦਿੱਤੀ ਗਈ ਹੈ। ਔਰ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਨਗਰ ਨਿਗਮ ਦਾ ਇਹ ਪ੍ਰੋਸੈਸ ਚੱਲ ਰਿਹਾ ਸੀਗਾ, ਬੈਂਕਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ, ਹੁਣ ਤੁਸੀਂ ਦੇਖੋ ਬੜਾ ਹੀ ਈਜ਼ੀ, ਜੇਕਰ ਕਿਸੇ ਕੋਲ ਖੁੱਲ੍ਹੇ ਨਹੀਂ ਹੈ ਪੈਸੇ, ਗੱਡੀ ਦਾ ਜਿੱਦਾਂ 14 ਰੁਪਏ ਹੈ ਖੁੱਲ੍ਹੇ ਨਹੀਂ ਹੈ, ਤਾਂ ਤੁਸੀਂ QR ਕੋਡ ਸਕੈਨ ਕਰੋ ਕੋਡ, ਅਤੇ ਤੁਸੀਂ ਨਾਲ ਦੇ ਨਾਲ ਤੁਸੀਂ ਪੈਸੇ ਤੁਸੀਂ ਉਹਨਾਂ ਦੇ ਅਕਾਊਂਟ 'ਚ, ਔਰ ਸਿੱਧਾ ਇਹ ਨਗਰ ਨਿਗਮ ਦੇ ਅਕਾਊਂਟ ਦੇ ਵਿੱਚ ਜਾਣਗੇ। ਤਾਂ ਇਹ ਬੜਾ ਇੱਕ ਟ੍ਰਾਂਸਪੇਰੈਂਸੀ ਤਰੀਕਾ ਜਿਹੜਾ ਹੈ ਨਗਰ ਨਿਗਮ ਵੱਲੋਂ ਕੀਤਾ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਸਰਬਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।